दलजीत दोसांझ दे जद्दी पिंड दोसांझ कलां दे बाहर खड़े हाँ। जावांगे पिंड दे अंदर ते दलजीत बारे कुछ गल्लां बातां करांगे पिंड दे लोकां नाल। की नाम सीगा जी बचपन दा? बचपन दा अच्छा, मतलब दोस्ती हो तुसीं दलजीत दोसांझ दे? हाँ जी हाँ, घरां विचों ही आ साडे। अच्छा, दिखावांगे उहनां दा जद्दी घर ते पिंड दा चक्कर मरवावांगे, उहनां दी फैमिली बारे दस्सांगे। आओ फिर बहुता समां ना लैंदे होए चलदे आ पिंड दे अंदर। ਸਤਿ ਸ਼੍ਰੀ ਅਕਾਲ ਜੀ, ਦਲਜੀਤ ਦੋਸਾਂਝ ਨੂੰ ਜਾਣਦੇ? ਅੱਛਾ ਜੀ, ਦਲਜੀਤ ਆ ਕੇ ਗਿਆ, ਮਿਲ ਕੇ ਗਿਆ ਸਾਨੂੰ। ਅੱਛਾ, ਕਦੋਂ ਆਇਆ ਸੀਗਾ ਜੀ? ਹੁਣ ਮੈਂ ਕਿਹਾ ਹੋ ਗਏ, ਕਿੰਨੇ ਕੁ ਚਿਰਾਂ ਬਾਅਦ ਆਉਂਦਾ ਹੁੰਦਾ ਜੀ? ਦਿਲਜੀਤ ਗਾਇਕਰ ਬਣ ਕੇ ਵੀ ਬੋ ਮਜਾਜ ਨੀ ਆਈ। ਅੱਛਾ, ਬਿਲਕੁਲ ਨੀ ਆਇਆ ਸਾਨੂੰ। ਪਹਿਲੀਆਂ ਤਾਂ ਲਾਏ, ਮੇਰੇ ਮੁੰਡੇ ਦਾ ਪੁੱਛਿਆ ਵੀ ਮੋਠੂ ਮੇਰੇ ਮੁੰਡੇ ਸਾਡੇ ਛੋਟੇ ਨੂੰ। ਅੱਛਾ ਅੱਛਾ, ਠੀਕ ਹੈ ਜੀ, ਠੀਕ ਹੈ। ਪੁੱਛਿਆ ਵੀ ਮੋਠੂ ਆਂਟੀ, ਮੈਂ ਕਿਹਾ ਮੋਠੀ ਤੇਰੇ ਕੋਲ ਇੰਗਲੈਂਡ ਚ ਹੀ ਆ। ਅੱਛਾ, ਬੜਾ ਖੁਸ਼ ਹੋਇਆ। ਠੀਕ ਹੈ, ਠੀਕ। ਸਾਰੀਆਂ ਬੀਬੀਆਂ ਭਾਲਾਂ ਨੂੰ ਬਾਬਾ ਜੀ। ਫਿਲਮਾਂ ਤੇ ਗਾਣੇ ਤੁਸੀਂ ਸੁਣਦੇ ਹੋ ਤੇ ਫਿਲਮਾਂ ਦੇਖਦੇ ਹੁੰਦੇ ਹੋ? ਟੀਵੀ ਨੀ ਲਾਉਣਾ ਹੁੰਦਾ, ਨਿਆਣੇ ਬਹੁਤ ਦੇਖਦੇ ਆ। ਹਾਂ ਜੀ ਹਾਂ, ਨਿਆਣੇ ਦੇਖਦੇ ਆ। ਠੀਕ ਹੈ। ਅੱਛਾ, ਰਿਸ਼ਤੇਦਾਰੀਆਂ 'ਚ ਵੀ ਪੁੱਛਦੇ ਹੋਣਗੇ ਵੀ ਤੁਹਾਡੇ ਪਿੰਡ ਦਾ ਦਲਜੀਤ ਹੈ? ਅਸੀਂ ਜਿੱਥੇ ਵੀ ਦਲਜੀਤ ਸਾਡੇ ਦਲਜੀਤ ਦੇ ਦਸਾਂ। ਅੱਛਾ, ਦਲਜੀਤ ਦੇ ਦਸਾਂ ਚ। ਠੀਕ ਹੈ ਜੀ, ਠੀਕ ਹੈ। ਪੂਰਾ ਮਾਣ ਹੁੰਦਾ ਮੇਰਾ ਮੁੰਡਾ ਬਹੁਤ ਬੀਬਾ। ਅੱਛਾ ਜੀ, ਬਾਬਾ ਜੀ ਇਹਦੀ ਕਿੰਨਾ ਕੁ ਜ਼ਿਆਦਾ ਤਰੱਕੀ ਕਰੇ। ਚਲੋ ਸ਼ੁਕਰ ਹੈ ਜੀ। ਕਿੰਨਾ ਕੁ ਚਿਰ ਰਿਹਾ ਜੀ ਹੁਣ ਆਇਆ ਸੀਗਾ ਜਦੋਂ? ਡੇਢ ਘੰਟਾ। ਘੰਟਾ ਘੰਟਾ ਕੁ ਰਿਹਾ? ਹਾਂ, ਘੰਟਾ। ਸਾਰਾ ਪਿੰਡ ਇਕੱਠਾ ਹੋ ਗਿਆ? ਸਾਰੇ ਮਿਲ ਗਏ ਤੇ ਮਿਲਣ ਚ ਤਾਂ ਕਾਫੀ ਟਾਈਮ ਲੱਗ ਗਿਆ। ਅੱਛਾ, ਤੇ ਸਾਰਾ ਪਿੰਡ ਇਕੱਠਾ ਹੋ ਗਿਆ? ਬਹੁਤ ਬਹੁਤ। ਠੀਕ ਹੈ, ਦੁਨੀਆ ਦੁਨੀਆ ਹੋ ਗਈ ਮਗਰ। ਅੱਛਾ ਜੀ, ਚਲੋ ਵਧੀਆ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਦਲਜੀਤ ਦਾ ਘਰ ਕਿੱਥੇ ਆ? ਆ ਸਾਹਮਣੇ ਆ। ਉਹ ਜਿੱਥੇ ਕੋਕਾ ਕੋਲਾ ਵਾਲਾ ਬੋਰਡ ਲੱਗਿਆ ਹੋਇਆ? ਅੱਛਾ, ਤੇ ਆਉਂਦਾ ਹੁੰਦਾ ਬਾਈ ਪਿੰਡ? ਕਿਤੇ ਕਿਤੇ ਆਉਂਦਾ ਹੁੰਦਾ, ਬਹੁਤ ਚਿਰ। ਕਿੰਨਾ ਟਾਈਮ ਹੋ ਗਿਆ ਹੁਣ ਆਏ ਨੂੰ? 2 ਸਾਲ ਹੋ ਗਏ। ਅੱਛਾ, ਤੇ ਹੁਣ ਘਰ ਵਿੱਚ ਰਹਿੰਦਾ ਕੋਈ? ਘਰ ਵਿੱਚ ਚਾਚਾ ਰਹਿੰਦਾ, ਉਹ ਜੁਦਾ ਰਹਿੰਦਾ। ਅੱਛਾ, ਉਹਨਾਂ ਦੇ ਫਾਦਰ ਸਾਹਿਬ? ਫਾਦਰ ਸਾਹਿਬ ਕੱਲ ਆਏ ਸੀਗੇ, ਠੀਕ ਨਹੀਂ, ਸਿਹਤ ਹੈਗੀ। ਅੱਛਾ, ਲੁਧਿਆਣੇ ਰਹਿੰਦੇ? ਲੁਧਿਆਣੇ ਰਹਿੰਦੇ। ਅੱਛਾ ਜੀ, ਮਾਤਾ ਉਹਨਾਂ ਦੀ? ਮਾਤਾ ਵੀ ਉੱਥੇ ਹੀ ਆ। ਮਾਤਾ ਵੀ ਉੱਥੇ ਹੀ ਆ। ਤੇ ਫੈਮਿਲੀ ਵਿੱਚ ਕੌਣ ਕੌਣ ਹੈ ਬਾਈ ਉਹਨਾਂ ਦੇ? ਫੈਮਿਲੀ ਬੈਕ ਬ੍ਰਦਰ ਆ ਛੋਟਾ। ਅੱਛਾ ਅੱਛਾ ਜੀ, ਤੇ ਹੋਰ ਕੋਈ ਸਿਸਟਰ ਵਗੈਰਾ ਤਾਂ ਨਹੀਂ? ਸਿਸਟਰ ਬਾਹਰ ਆ। ਸਿਸਟਰ ਬਾਹਰ ਨੇ? ਅੱਛਾ, ਇੰਗਲੈਂਡ ਵਿੱਚ? ਹਾਂਜੀ, ਇੰਗਲੈਂਡ। ਤੇ ਵਿਆਹ ਦਲਜੀਤ ਦਾ ਵਿਆਹ ਹੋਇਆ ਹੋਇਆ ਕਿ ਨਹੀਂ? ਹੋਇਆ। ਹਾਂਜੀ ਹਾਂਜੀ, ਹੋਇਆ। ਕੀ ਜਵਾਕ ਨੇ ਉਹਨਾਂ ਦੇ? ਇੱਕ ਮੁੰਡਾ। ਹਾਂਜੀ, ਉਹ ਤਾਂ ਬਾਹਰ ਆਉਂਦੇ ਹੋਣੇ ਨਾ ਜੀ? ਬਾਹਰ ਹੀ। ਹਾਂਜੀ, ਇੱਕ ਮੁੰਡਾ ਜੀ। ਕਿੰਨੇ ਕੁ ਦਿਨਾਂ ਬਾਅਦ ਆਉਂਦੇ ਨੇ ਵੈਸੇ? ਉਹ ਮਰਜ਼ੀ ਨਾਲ ਆਉਂਦਾ ਜੀ, ਹੁਣ ਜਿੱਦਾਂ ਆਪਣਾ ਉਹ ਮਰਜ਼ੀ ਹੁੰਦੀ, ਜਦੋਂ ਕਿਤੇ ਇਧਰ ਕੰਮ ਹੋਵੇ ਚਾਹੇ ਕਿਤੇ ਆਇਆ ਹੋਵੇ। ਹਾਂਜੀ, ਕੋਈ ਕਾੜਾ ਵਗੈਰਾ ਸ਼ੋਅ ਲਾਉਣ ਆਉਂਦੇ ਹੋਣ? ਸ਼ੋਅ ਲਾਉਣਾ ਹੋਵੇ ਚਾਹੇ ਕਿਸੇ ਨੂੰ ਸੱਦਿਆ ਹੋਵੇ। ਇੱਕ ਤੁਹਾਨੂੰ ਪਤਾ ਉਹਨਾਂ ਦੀ ਫਿਲਮ ਆ ਰਹੀ ਹੈ ਇੱਕ, ਚਮਕੀਲਾ ਸਭ ਤੇ? ਹਾਂਜੀ, ਆਉਂਦੀ ਆ ਰਹੀ ਹੈ। ਹਾਂਜੀ ਹਾਂ, ਉਹਦਾ ਕਾਫੀ ਵਿਰੋਧ ਹੋ ਰਿਹਾ ਪਤਾ ਤੁਹਾਨੂੰ? ਇਹ ਨਹੀਂ ਪਤਾ ਜੀ। ਅੱਛਾ, ਵੀ ਬਣਨੀ ਚਾਹੀਦੀ ਸੀ? ਦੱਸਿਆ ਨਹੀਂ, ਉਹ ਡੈਡੀ ਕੱਲ ਆਇਆ ਸੀ ਸਾਡੇ ਘਰੇ ਵੀ, ਇਦਾਂ ਨਹੀਂ ਦੱਸਿਆ ਉਹਨੇ। ਅੱਛਾ, ਉਹ ਕਹਿੰਦੇ ਸੀ ਵੀ ਪੰਜਾਬ ਦੱਸਿਆ ਹੋਗਾ, ਮੈਨੂੰ ਪਤਾ ਨਹੀਂ। ਨਹੀਂ, ਇੱਕ ਗੱਲ ਨਹੀਂ ਕਹੀ ਸੀ ਬਾਈ ਦਲਜੀਤ ਨੇ? ਕਹਿੰਦੇ ਵੀ ਮੈਂ ਬਿਨਾਂ ਪੱਗ ਤੋਂ ਕਹਿੰਦਾ ਕੋਈ ਫਿਲਮ ਨਹੀਂ ਕਰੂੰਗਾ, ਕੰਮ ਨਹੀਂ ਕਰੂੰਗਾ, ਵੀ ਇਹਦੇ ਵਿੱਚ ਥੋੜਾ ਜਿਹਾ ਮਤਲਬ ਹੇਅਰ ਸਟਾਈਲ ਜਿਹੜਾ ਬਦਲਿਆ, ਪੱਗ ਲਾਤੀ ਮਤਲਬ, ਤੇ ਤਾਂ ਕਰਕੇ ਲੋਕ ਕਾਫੀ ਵਿਰੋਧ ਕਰੀ ਜਾਂਦੇ ਨੇ, ਵੀ ਸਹੀ ਹੈ ਇਹ ਜਾਂ ਗਲਤ ਹੈ? ਉਹ ਤਾਂ ਕਹਿੰਦਾ ਜੋ ਉਹ ਕਹਿੰਦਾ ਜੋ ਹੈਗਾ ਠੀਕ ਹੈ, ਦਲਜੀਤ ਦਾ ਡੈਡੀ ਕੱਲ ਦੱਸਦਾ ਸੀਗਾ, ਉਹ ਕਹਿੰਦੇ ਇਦਾਂ ਹੀ ਉਹਨੇ ਕੀਤਾ ਕੰਮ ਪਹਿਲਾਂ ਚਮਕੀਲੇ ਨੇ ਵੀ, ਹੁਣ ਕਹਿੰਦੇ ਇਹਨੂੰ ਵੀ ਇਦਾਂ ਕਰਨਾ ਪੈਣਾ ਜੇ ਅਜੇ ਕਰਨਾ ਪਿਆ ਤਾਂ। ਅੱਛਾ, ਲਿਖੇ ਦਿੱਤੀ ਫਿਲਮ ਡਾਇਰੈਕਟਰ ਦਾ, ਡਾਇਰੈਕਟਰ ਤੇ ਹੁੰਦਾ ਇੱਕ ਕਲਾਕਾਰ ਬੰਦਾ ਵੀ, ਉਹ ਕੋਈ ਵੀ ਰੋਲ ਕਰਨਾ ਪਊਗਾ, ਹੁਣ ਕਹਿੰਦਾ ਜੀ ਪੱਗ ਖੁੱਲ ਨਹੀਂ ਪੈ ਜੇ ਕਿਸੇ ਰੋਲ ਕਰਨਾ ਪੈਣਾ ਜੀ, ਜਿੱਦਾਂ ਲਿਖਿਆ ਹੋਇਆ ਜੀ ਉਹ ਕਰਨਾ ਪੈਣਾ ਜੀ। ਅੱਛਾ, ਤੁਹਾਡਾ ਕੀ ਲੱਗਦਾ ਜੀ ਦਲਜੀਤ ਦਾ? ਸਾਡਾ ਭਰਾ ਵਾਂਗੂ ਹੀ ਆ ਜੀ। ਦੋਸਤੀ ਹੋ ਤੁਸੀਂ ਦਲਜੀਤ ਦੋਸਾਂਝ ਦੇ? ਘਰਾਂ ਵਿੱਚੋਂ ਹੀ ਆ ਸਾਡੇ। ਅੱਛਾ, ਠੀਕ ਹੈ। ਅੱਛਾ, ਬਚਪਨ ਚ ਪਹਿਲਾਂ ਸੁਭਾਅ ਕਿਵੇਂ ਹੁੰਦਾ ਸੀ ਦਲਜੀਤ ਦਾ? ਕਾਫੀ ਛੋਟਾ। ਹਾਂਜੀ, ਅੱਛਾ, ਹਾਂਜੀ, 35-40 ਸਾਲ ਦਾ ਹੋਣਾ ਹੁਣ, ਇਹ 50 ਸਾਲ ਦਾ ਹੋ ਗਿਆ। ਹਾਂਜੀ, 35 ਸਾਲ ਦਾ ਹੋਣਾ। ਤੇ ਕਲਾਕਾਰ ਬਣਨ ਤੋਂ ਪਹਿਲਾਂ ਕੋਈ ਗਾਇਕੀ ਵਗੈਰਾ ਚ ਹੈਗਾ ਸੀ ਕੋਈ ਇਸ ਤਰ੍ਹਾਂ ਦਾ ਇੰਟਰਸਟ? ਹਾਂਜੀ ਸੀਗਾ, ਉਹਦਾ ਸੀਗਾ। ਹਾਂਜੀ, ਅੱਛਾ ਸੀਗਾ। ਹਾਂਜੀ,
ਉਹਦੀ ਮਾਂ ਸੀਗਾ ਮਨਚਾ ਉਹਦੀ ਸੀਗੀ ਹਾਂਜੀ ਅੱਛਾ ਉਹਦੀ ਉਹ ਰਿਓ ਕਰੀ ਤਿਆਰੀ ਗਾਇਕੀ ਦੀ ਸਾਰੀ ਪਹਿਲਾਂ ਕੀਰਤਨ ਕਰਦਾ ਹੁੰਦਾ ਸੀ ਕਹਿੰਦੇ ਇਸ ਮੈਂ ਸੁਣਿਆ ਪਹਿਲਾਂ ਨਹੀਂ ਪਹਿਲਾਂ ਕੀਤ ਪਹਿਲਾਂ ਫਿਰ ਮਾਮਿਆਂ ਕੋਲ ਚਲ ਗਿਆ ਸੀ ਮਾਮਿਆਂ ਨੇ ਸਿਖਾਇਆ ਇਹਨੂੰ ਅੱਛਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਅੱਛਾ ਬਚਪਨ ਉਹਦਾ ਇੱਥੇ ਹੀ ਲੰਘਿਆ ਇੱਥੇ ਹੀ ਲੰਘਿਆ ਇੱਥੇ ਪੜਿਆ ਬਚਪਨ ਚ ਕਿਵੇਂ ਦਾ ਸੁਭਾਅ ਹੈ ਕਿਵੇਂ ਦਾ ਸੀਗਾ ਠੀਕ ਸੀਗਾ ਹਾਂਜੀ ਠੀਕ ਸੀਗਾ ਜਿੱਦਾਂ ਦਾ ਜਵਾਕਾਂ ਦਾ ਹੁੰਦਾ ਅੱਛਾ ਆਮ ਆਮ ਮਾਨ ਕਰਦੇ ਪੂਰਾ ਵੀ ਪਿੰਡ ਦਾ ਜਿਹੜਾ ਬੰਦਾ ਬਾਲੀਵੁੱਡ ਤੱਕ ਆ ਗਿਆ ਹਾਂਜੀ ਹਾਂਜੀ ਇਹ ਤਾਂ ਉੱਪਰ ਦਾ ਪੰਜਾਬ ਦਾ ਕੋਈ ਸਤਾਰਾ ਗਈ ਨਹੀਂ ਹਾਂਜੀ ਹਾਂਜੀ ਅੱਛਾ ਹਾਂਜੀ ਹਾਂਜੀ ਬਾਲੀਵੁੱਡ ਤੱਕ ਮਾਰ ਖੜੀ ਹੈ ਹਾਂਜੀ ਇਹ ਤਾਂ ਇੱਕ ਪਿੰਡ ਚ ਉੱਠ ਕੇ ਬੰਦਾ ਕਿੱਥੋਂ ਤੱਕ ਹੈ ਨਾ ਇਹ ਜਦੋਂ ਰਿਸ਼ਤੇਦਾਰੀਆਂ ਚ ਜਾਂਦੇ ਹੋ ਮੂਸੇ ਵਾਲੇ ਨੇ ਵੀ ਚਲੇ ਇਹ ਵੀ ਹਾਂਜੀ ਉਸ ਲੈਵਲ ਤੇ ਸੀਗਾ ਇਹ ਵੀ ਇਹ ਕੋਈ ਇਹਦਾ ਅੰਦਾਜ਼ ਵੱਖਰਾ ਸੀਗਾ ਜੀ ਹਾਂਜੀ 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 ਇਹਦਾ ਥੋੜਾ ਜਿਹਾ ਅੰਦਾਜ਼ ਵੱਖਰਾ ਸੀਗਾ ਸੀਗਾ ਇਹ ਵੀ 17 ਹਾਂਜੀ ਹਾਂ ਹਾਂ ਇਹ ਤਾਂ ਜਦੋਂ ਮਾੜੀ ਹੋਈ ਇਹ ਜਦੋਂ ਰਿਸ਼ਤੇਦਾਰੀ ਚ ਜਾਂਦੇ ਹੋ ਫਿਰ ਮਾਣ ਮਤਲਬ ਪੁੱਛਦੇ ਹੋਣਗੇ ਤੁਹਾਨੂੰ ਪੁੱਛਦੇ ਆ ਜਿਹੜੇ ਬਲਬਲੈਤੀਏ ਮੁੰਡੇ ਆ ਉਹ ਬਹੁਤ ਕਹਿੰਦੇ ਆ ਉਹ ਕਹਿੰਦੇ ਸਿੱਧੂ ਮੂਸੇ ਵਾਲੇ ਦਾ ਵੀ ਕਹਿੰਦੇ ਸੀ ਕਹਿੰਦੇ ਇਹਦਾ ਜਿਹੜਾ ਕੰਮ ਆ ਇਹ ਜੁਦਾ ਵੱਖਰਾ ਗੁਰਦਾਸ ਮਾਨ ਦਾ ਜੁਦਾ ਵੱਖਰਾ ਹਾਂਜੀ ਜਿਹੜਾ ਇਹ ਕੰਮ ਕਰ ਗਿਆ ਕਿਸੇ ਤੋਂ ਵੀ ਨਹੀਂ ਹੋਣਾ ਉਹ ਕਿਸ ਤੋਂ ਵੀ ਨਹੀਂ ਹੋਣਾ ਹਾਂ ਸਿੱਧੂ ਦਾ ਵੀ ਵਧੀਆ ਸੀਗਾ ਹਾਂਜੀ 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 ਸ਼ੁਕਰੀਆ ਹਾਂਜੀ ਤੇ ਦੋਸਤੋ ਆ ਜਾਓ ਫਿਰ ਆਪਾਂ ਤੁਹਾਨੂੰ ਦਲਜੀਤ ਦੋਸਾਂਝ ਦੇ ਘਰ ਵੀ ਲੈ ਕੇ ਚੱਲਦੇ ਹਾਂ ਜੇ ਕੋਈ ਹੋਇਆ ਤਾਂ ਉਹਨਾਂ ਨਾਲ ਗੱਲਬਾਤ ਵੀ ਕਰਵਾਵਾਂਗੇ ਵੈਸੇ ਇਹ ਉਹਨਾਂ ਦੇ ਪਰਿਵਾਰ 'ਚੋਂ ਸੀਗੇ ਉਹ ਸਾਹਮਣੇ ਦਲਜੀਤ ਦੋਸਾਂਝ ਦਾ ਤੁਸੀਂ ਘਰ ਦੇਖ ਰਹੇ ਹੋ ਅਤੇ ਜੇ ਕੋਈ ਹੋਰ ਉਹਨਾਂ ਦਾ ਸਾਥੀ ਮਿਲਿਆ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਵੈਸੇ ਉਹਨਾਂ ਦਾ ਸਾਥੀ ਰਿਹਾ ਉਹਨਾਂ ਦਾ ਦੋਸਤ ਹੀ ਰਿਹਾ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ ਹੈ ਅਤੇ ਸਾਹਮਣੇ ਕੋਕਾ ਕੋਲਾ ਦਾ ਜਿਹੜਾ ਲੱਗਿਆ ਹੋਇਆ ਉਹਨਾਂ ਦੇ ਜਿਹੜੀ ਐਡ ਕੀਤੀ ਹੋਈ ਹੈ ਕਿਉਂਕਿ ਜਿਹੜਾ ਦਲਜੀਤ ਦੋਸਾਂਝ ਇਸ ਟਾਈਮ ਕੋਕਾ ਕੋਲਾ ਦਾ ਬ੍ਰਾਂਡ ਅੰਬੈਸਡਰ ਹੈ ਅਤੇ ਇਸ ਕਰਕੇ ਮਤਲਬ ਉਹਦੀ ਜਿਹੜੀ ਐਡ ਹੈ ਉਹ ਦਲਜੀਤ ਦੇ ਘਰ ਦੇ ਉੱਤੇ ਵੀ ਲੱਗੀ ਹੋਈ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਦਲਜੀਤ ਦੋਸਾਂਝ ਦਾ ਘਰ ਆ ਗਿਆ ਬਿਲਕੁਲ ਆਮ ਜਿਹੜਾ ਸਿੰਪਲ ਘਰ ਹੈਗਾ ਕੋਈ ਸ਼ੋਸ਼ੇਬਾਜ਼ੀ ਨਹੀਂ ਹੈ ਹਾਲਾਂਕਿ ਦਲਜੀਤ ਦੋਸਾਂਝ ਬੜਾ ਇਸ ਟਾਈਮ ਸਭ ਨੂੰ ਪਤਾ ਹੈ ਕਿ ਕਿੰਨਾ ਉੱਚਾਈਆਂ ਦੇ ਉੱਤੇ ਕਿੰਨਾ ਕਿਸ ਲੈਵਲ ਦੇ ਉੱਤੇ ਹੈ ਪਰ ਫਿਰ ਵੀ ਜਿਹੜਾ ਘਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਿੰਪਲ ਘਰ ਹੈ ਕਿਉਂਕਿ ਦਲਜੀਤ ਦੋਸਾਂਝ ਕਹਿੰਦੇ ਵੀ ਇੱਥੇ ਰਹਿੰਦੇ ਹੀ ਨਹੀਂ ਹੈ ਨਾ ਬਹੁਤ ਚਿਰ ਬਾਅਦ ਤਕਰੀਬਨ ਸਾਲ 6 ਮਾਹੀ 'ਤੇ ਆਉਂਦਾ ਹੁੰਦਾ ਦਲਜੀਤ ਦੋਸਾਂਝ ਉਰੇ ਕਾਫੀ ਟਾਈਮ ਬਾਅਦ ਆਉਂਦਾ ਇਹ ਹੈ ਜੀ ਮੇਨ ਦਰਵਾਜ਼ਾ ਆਹ ਤੁਸੀਂ ਦੇਖ ਸਕਦੇ ਹੋ ਦਲਜੀਤ ਦੋਸਾਂਝ ਦਾ ਜੱਦੀ ਘਰ ਹੈ ਜਿਹੜਾ ਇੱਥੋਂ ਕਿੱਥੋਂ ਹੀ ਤੁਸੀਂ ਪੰਜਾਬ ਤੋਂ ਪਹਿਲਾਂ ਇੱਥੋਂ ਦੋਸਾਂਝ ਕਲਾ ਤੋਂ ਅੱਛਾ ਦੋਸਾਂਝ ਕਲਾ ਤੋਂ ਸਾਡਾ ਘਰ ਆ ਹੋਇਆ ਗ੍ਰਾਂਥੀਆਂ ਦਾ ਅੱਛਾ ਜੀ ਹਾਂਜੀ ਅੱਛਾ ਸਪੈਸ਼ਲੀ ਦੇਖਣ ਆਏ ਹੋ ਹਾਂਜੀ ਹਾਂਜੀ ਦਲਜੀਤ ਨੂੰ ਠੀਕ ਹੈ ਜੀ ਤੇ ਪਰਿਵਾਰ ਮਿਲੇ ਕਿਸੇ ਨੂੰ ਤੁਸੀਂ ਨਹੀਂ ਹੁਣ ਨਹੀਂ ਮਿਲੇ ਪਹਿਲਾਂ ਮਿਲ ਚੁੱਕੇ ਆ ਅੱਗੇ ਅੱਛਾ ਹੁਣ ਤਾਂ ਹੈ ਨਹੀਂ ਮਿਲਦਾ ਇਹਨਾਂ ਦੇ ਘਰੇ ਕੋਈ ਠੀਕ ਹੈ ਚਲੋ ਤਾਂ ਦੋਸਤੋ ਇਹ ਸੀ ਦਲਜੀਤ ਦੋਸਾਂਝ ਦਾ ਜਿਹੜਾ ਜੱਦੀ ਘਰ ਹੈ ਪੁਰਾਣਾ ਘਰ ਉਹਨਾਂ ਦਾ ਆਪਣਾ ਜਿਹੜਾ ਜੱਦੀ ਘਰ ਸੀਗਾ ਅਤੇ ਦਿਖਾਇਆ ਤੁਹਾਨੂੰ ਪਿੰਡ ਘੁੰਮ ਫਿਰ ਕੇ ਅਤੇ ਉਹਨਾਂ ਦੀਆਂ ਗਲੀਆਂ ਜਿਨ੍ਹਾਂ ਗਲੀਆਂ 'ਚ ਉਹ ਖੇਡਦਾ ਸੀ ਉਹਨਾਂ ਦੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਾਈ ਉਹਨਾਂ ਦੇ ਦੋਸਤਾਂ ਨਾਲ ਅਤੇ ਉਹਨਾਂ ਦੇ ਜਿਹੜੇ ਪੜੋਸੀ ਨੇ ਉਹਨਾਂ ਨਾਲ ਗੱਲਬਾਤ ਕਰਾਈ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਮਿਲਦੇ ਰਹਾਂਗੇ ਨਵੀਆਂ ਨਵੀਆਂ ਵੀਡੀਓਜ਼ ਨਵੇਂ ਨਵੇਂ ਅਪਡੇਟ ਲੈ ਕੇ ਚੈਨਲ ਨਾਲ ਬਣੇ ਰਹੋ ਉਹ ਦੋਸਤੋ ਇਸ ਵੀਡੀਓ ਦੇ ਵਿੱਚ ਇੰਨੀ ਮਿਲਦੇ ਆ ਕਿਸੇ ਨਵੀਂ ਵੀਡੀਓ ਕਿਸੇ ਨਵੀਂ ਜਾਣਕਾਰੀ ਦੇ ਨਾਲ ਉਹ ਤੱਕ ਦੇ ਸਤਿ ਸ਼੍ਰੀ ਅਕਾਲ ਨਸੀਬ ਚਮਕਦੇ ਅਤੇ ਕਿਸਮਤ ਬਦਲਦੇ ਥੇੜ ਨਹੀਂ ਲਾਤੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਿਰ ਬਾਬਾ ਸੁਲਤਾਨ 9150 10150 ਪਤਾ ਲੁਧਿਆਣਾ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਕਦੋਂ ਬਦਲੇਗੀ ਤਕਦੀਰ ਸੱਚਾ ਪਿਆਰ ਮਿਲੇਗਾ ਜਾਂ ਨਹੀਂ ਪਰੇਸ਼ਾਨੀ ਜਿਵੇਂ ਪਿਆਰ ਚ ਧੋਖਾ ਲਵ ਮੈਰਿਜ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ ਸੌਤਨ ਦੁਸ਼ਮਣ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ ਸੁੱਖ ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ ਧੋਖੇਬਾਜ਼ ਅਤੇ ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਆਪਣੇ ਪਿਆਰ ਚ ਤੜਫਦਾ ਵੇਖੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਇਟਸ ਮਾਈ ਪ੍ਰੋਮਿਸ ਬਾਬਾ ਸੁਲਤਾਨ 9150 10150 ਪਤਾ ਲੁਧਿਆਣਾ।